ਨੀਆਂ ਵੇਰੀਏਬਲ ਮੋਰਗੇजेस ਹੈਗੀਆਂ ਨੇ ਹਨਾ ਉਹਨਾਂ ਦਾ ਰੇਟ ਘਟ ਗਿਆ ਉਹ ਜਦੋਂ ਰੇਟ ਵੱਧ ਜਾਂਦਾ ਤਾਂ ਇੰਟਰਸਟ ਕਾਸਟ ਵੱਧ ਜਾਂਦੀ ਹੈ ਤੇ ਤੁਹਾਡੀ ਜੇਬੋਂ ਪੈਸੇ ਖਰਚਣ ਨੂੰ ਘਟ ਜਾਂਦੇ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੱਡੀ ਖਬਰ ਹੈ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਜਿਸ ਦੇ ਮਾਇਨੇ ਕੀ ਇਹ ਨੇ ਤੇ ਮਾਰਕੀਟ ਹੁਣ ਕਿੰਨੀ ਕੁ ਬਦਲੀ ਨਜ਼ਰ ਆਏਗੀ ਇਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਕੁਲਦੀਪ ਸਿੱਧੂ ਜੀ ਜੋ ਕਿ ਰੀਜਨਲ ਮੈਨੇਜਰ ਨੇ ਉਹ ਜੁੜੇ ਹੋਏ ਨੇ ਕੁਲਦੀਪ ਜੀ ਖਬਰ ਤਾਂ ਇਹ ਵੱਡੀ ਹੈ ਪਰ ਆਮ ਜਨਤਾ ਵਾਸਤੇ ਕਿੰਨੀ ਕੁ ਵੱਡੀ ਹੈ ਪਹਿਲਾਂ ਤਾਂ ਮੈਂ ਕਰੈਕਟ ਕਰਦੇ ਹਾਂ ਜਿਹੜਾ ਰੇਟ ਕੱਟ ਹੋਇਆ ਉਹ ਅੱਜ 0.50% ਕੱਟ ਹੋਇਆ ਉਹਦੇ ਨਾਲ ਜਿਹੜਾ बैंक रेट है वो 3.75 हो गया जी नो डाउट काफ़ी वड्डी न्यूज़ हैगी ना एवरीबॉडी एक्सपैक्टिंग बिकॉज जिहड़ा इनफ्लेशन का डाटा सी सितंबर दे विच वो इन्हां दा जिहड़ा टारगेट इन्होंने मिले से कि 2% ते लेके आनी है वो 1.6 सो वो इन्हां तो अचीव हो गया ते 1.6% ते इनफ्लेशन आ गई दैट्स वाई इन्होंने रेट कट है जिहड़ा वो 0.5% का करता प्राइम दे विच जी ਤੇ ਕਿਹਾ ਜਾ ਰਿਹਾ ਸੀ ਇਸ ਇਹ ਉਹ ਖਬਰ ਹੈ ਜਿਹਦੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਵੀ ਬੈਂਕ ਆਫ ਕੈਨੇਡਾ ਦੇ ਵੱਲੋਂ ਕੋਈ ਵੱਡੀ ਅਨਾਊਂਸਮੈਂਟ ਹੋਣ ਜਾ ਰਹੀ ਹੈ ਇਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਜੇ ਅਨਾਊਂਸਮੈਂਟ ਹੋ ਰਹੀ ਹੈ ਤਾਂ ਕਿਹੜੇ ਕਿਹੜੇ ਸੈਕਟਰ ਨੂੰ ਇਹਦਾ ਜ਼ਿਆਦਾ ਬੈਨੀਫਿਟ ਹੋਏਗਾ ਜਿਹੜੇ ਕਿ ਇੰਤਜ਼ਾਰ ਕਰ ਰਹੇ ਸੀ ਦੇਖੋ ਸਭ ਤੋਂ ਪਹਿਲਾਂ ਤਾਂ ਇਹਦੇ ਨਾਲ ਜਿਹੜੀਆਂ ਆਪਣੀਆਂ ਵੇਰੀਏਬਲ ਮੋਰਗੇजेस ਹੈਗੀਆਂ ਨੇ ਹਨਾ ਉਹਨਾਂ ਦਾ ਰੇਟ ਘਟ ਗਿਆ ਅੱਜ ਤੋਂ ਹੀ ਇਫੈਕਟਿਵ ਹੋ ਜਾਣਾ ਕਿਉਂਕਿ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਕੋਈ ਪ੍ਰਾਈਮ ਮਾਈਨਸ ਤੇ ਹੁੰਦੀ ਆ ਕੋਈ ਪ੍ਰਾਈਮ ਪਲੱਸ ਤੇ ਹੁੰਦੀ ਆ ਹਨਾ ਵੇਰੀਏਬਲ ਕਲੋਜ਼ਡ ਜਿਹੜੀਆਂ ਆਮ ਤੌਰ ਤੇ ਉਹ ਜਿਹੜੀਆਂ ਬੈਂਕਸ ਨੇ ਜਾਂ ਕ੍ਰੈਡਿਟ ਯੂਨੀਅਨ ਉਹ ਪ੍ਰਾਈਮ ਮਾਈਨਸ ਤੇ ਦਿੰਦੀਆਂ ਨੇ ਜੀ ਸੋ ਜਦੋਂ ਪ੍ਰਾਈਮ ਹੀ ਆਪਣਾ 0.5% ਘਟ ਗਿਆ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਤੇ ਜਿਹੜਾ ਇੰਟਰਸਟ ਪਾਰਟ ਸੀ ਉਹਦੀ ਪੇਮੈਂਟ ਦਾ ਉਹ ਘਟ ਗਿਆ ਪ੍ਰਿੰਸੀਪਲ ਵੱਧ ਗਿਆ ਇੱਕ ਕਿਸਮ ਦੀ ਉਹ ਸੇਵਿੰਗ ਹੋਣ ਲੱਗ ਗਈ ਠੀਕ ਹੈ ਜੀ ਦੂਸਰਾ ਜਿਹੜਾ ਫੈਕਟਰ ਆਉਣਾ ਕਿ ਜਿਹੜੀਆਂ ਨਵੀਆਂ ਮੋਰਗੇजेस ਨੇ ਉਹਨਾਂ ਤੇ ਹੌਲੀ ਹੌਲੀ ਜਿੰਨੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕ੍ਰੈਡਿਟ ਯੂਨੀਅਨ ਬੈਂਕਸ ਨੇ ਉਹਨਾਂ ਨੇ ਆਪਣੇ ਰੇਟ ਹੁਣ ਰਿਵਾਈਜ਼ਡ ਕਰਦੇ ਨੇ ਜੀ ਠੀਕ ਹੈ ਜੀ ਉਹਦੇ ਤੇ ਅਸਰ ਪੈਣਾ ਪਲੱਸ ਜਿੰਨੀਆਂ ਵੀ ਲਾਈਨ ਆਫ ਕ੍ਰੈਡਿਟਸ ਨੇ ਅਨਸਿਕਿਉਰਡ ਲਾਈਨ ਆਫ ਕ੍ਰੈਡਿਟਸ ਨੇ ਜਾਂ ਕਈ ਆਟੋ ਲੋਨ ਪ੍ਰਾਈਮ ਦੇ ਨਾਲ ਲਿੰਕ ਹੁੰਦੇ ਨੇ ਜਿੰਨੀਆਂ ਵੀ ਹੀ ਲੋਕ ਮੋਰਗੇजेस ਨੇ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਸੋ ਜਦੋਂ ਪ੍ਰਾਈਮ ਥੱਲੇ ਆ ਗਿਆ ਜਿਹੜਾ ਪ੍ਰਾਈਮ ਪਹਿਲਾਂ 6.45 ਸੀ ਹੁਣ ਉਹ ਘਟ ਕੇ 0.5% ਦੇ ਨਾਲ ਉਹ 5.95 ਤੇ ਆ ਗਿਆ ਜੀ ਠੀਕ ਹੈ ਜੀ ਸੋ ਉਹਦੇ ਨਾਲ ਤੁਹਾਨੂੰ 0.5% ਇੰਟਰਸਟ ਕਾਸਟ ਦੇ ਵਿੱਚ ਜਿਹੜੀ ਤੁਹਾਡੀ ਕਾਸਟ ਜਾਂਦੀ ਸੀ ਜਿਹੜਾ ਤੁਸੀਂ ਵਿਆਜ ਪੇ ਕਰਦੇ ਸੀਗੇ ਉਹ ਹੁਣ 0.5% ਘੱਟ ਪੇ ਕਰੋਗੇ ਕਹਿਣ ਤੋਂ ਭਾਵ ਤੁਹਾਡੇ ਪਾਕਟ ਦੇ ਵਿੱਚ ਹੁਣ ਥੋੜੀ ਜਿਹੀ ਮਨੀ ਆ ਜਾਊਗੀ ਜਿਹੜੀ ਤੁਸੀਂ ਅੱਗੇ ਫਿਰ ਮਾਰਕੀਟ ਕਿਉਂਕਿ ਬੇਸਿਕ ਬੈਂਕ ਆਫ ਕੈਨੇਡਾ ਦਾ ਬੇਸਿਕ ਕਨਸੈਪਟ ਹੈ ਜਦੋਂ ਉਹ ਕਦੇ ਵੀ ਪ੍ਰਾਈਮ ਰੇਟ ਚੇਂਜ ਕਰਦੇ ਨੇ ਉਹਨਾਂ ਨੇ ਮਨੀ ਸਪਲਾਈ ਨੂੰ ਕੰਟਰੋਲ ਕਰਨਾ ਹੁੰਦਾ ਠੀਕ ਹੈ ਜੀ ਉਹ ਜਦੋਂ ਰੇਟ ਵੱਧ ਜਾਂਦਾ ਤਾਂ ਇੰਟਰਸਟ ਕਾਸਟ ਵੱਧ ਜਾਂਦੀ ਹੈ ਤੇ ਤੁਹਾਡੀ ਜੇਬੋਂ ਪੈਸੇ ਖਰਚਣ ਨੂੰ ਘੱਟ ਜਾਂਦੇ ਨੇ ਜਦੋਂ ਇੰਟਰਸਟ ਪ੍ਰਾਈਮ ਰੇਟ ਡਾਊਨ ਹੋ ਜਾਂਦਾ ਘੱਟ ਹੁੰਦਾ ਤਾਂ ਤੁਹਾਡੀ ਇੰਟਰਸਟ ਕਾਸਟ ਹੈ ਜਿਹੜੀ ਉਹ ਘੱਟ ਜਾਂਦੀ ਹੈ ਤੇ ਤੁਹਾਡੇ ਕੋਲ ਪੈਸੇ ਥੋੜਾ ਮਾਰਕੀਟ 'ਚ ਖਰਚ ਕਰਨ ਨੂੰ ਜ਼ਿਆਦਾ ਹੋ ਜਾਂਦਾ ਜੀ ਕੁਲਦੀਪ ਸਿੱਧੂ ਜੀ ਇਹ ਵੀ ਗੱਲ ਕਹੀ ਜਾ ਰਹੀ ਸੀਗੀ ਵੀ ਜੇ ਇੰਟਰਸਟ ਰੇਟ ਜਿਹੜੇ ਨੇ ਉਹ ਹੇਠਾਂ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਹਾਊਸਿੰਗ ਮਾਰਕੀਟ ਹੈ ਉਹ ਵੀ ਕਾਫੀ ਬਦਲੇਗੀ ਮਤਲਬ ਕਿ ਇੱਕ ਭੁਚਾਲ ਜਿਹਾ ਕਹਿੰਦੇ ਸੀ ਆਏਗਾ ਉਹ ਦਿਖਾਈ ਦੇਣਾ ਸ਼ੁਰੂ ਹੋਇਆ ਜਾਂ ਅੱਗੇ ਕੋਈ ਚਾਂਸ ਹੈ ਉਹਦੇ ਦੇਖੋ ਭੁਚਾਲ ਇੱਕ ਕਾਫੀ ਹਾਰਡ ਸ਼ਬਦ ਹੈ ਨਾ ਆਪਾਂ ਇਹ ਕਹਿ ਨਹੀਂ ਸਕਦੇ ਕਿਉਂਕਿ ਇਹਦੇ ਨਾਲ ਕੀ ਹੁੰਦਾ ਅਲਟੀਮੇਟਲੀ ਮਨੀ ਸਪਲਾਈ ਜਦੋਂ ਅਵੇਲੇਬਿਲਿਟੀ ਆਫ ਕ੍ਰੈਡਿਟ ਹੋ ਜਾਏਗੀ ਲੋਕਾਂ ਨੂੰ ਹਨਾ ਤੇ ਫਿਰ ਉਹ ਅੱਗੇ ਸੋਚਣਗੇ ਠੀਕ ਹੈ ਕਿ ਕਿਸ ਤਰ੍ਹਾਂ ਲੈਣਾ ਹਾਂ ਮੋਰਗੇਜ ਕੁਆਲੀਫਿਕੇਸ਼ਨ ਉਹ ਸਟ੍ਰੈਸ ਟੈਸਟ ਤੇ ਡਿਪੈਂਡ ਕਰਦੀ ਹੈ ਠੀਕ ਹੈ ਰਾਈਟ ਨਾਓ ਉਹਦੇ ਵਿੱਚ ਕੋਈ ਚੇਂਜਸ ਨਹੀਂ ਹੈਗੇ ਠੀਕ ਹੈ ਉਹ 5.25 ਔਰ 2% ਆਫ ਦਾ ਕੰਟਰੈਕਟ ਰੇਟ ਹਾਂ ਉਹਦਾ ਅੱਗੇ ਫਰਕ ਕਿੱਥੇ ਉਹ ਵਿੱਚ ਐਵਰੇਜ ਹਾਇਰ ਠੀਕ ਆ ਉਹਨਾਂ ਦੋਨਾਂ 'ਚੋਂ ਉਹਦੇ 'ਤੇ ਐਪਲੀਕੇਬਲ ਹੋ ਕੇ ਫਿਰ ਉਹ ਮੋਰਗੇਜ ਕੁਆਲੀਫਿਕੇਸ਼ਨ ਕਰਦੇ ਨੇ ਅੰਟਿਲ ਅਨਲੈਸ ਦੇਰ ਇਜ਼ ਸਮਥਿੰਗ ਹੈਪਨਿੰਗ ਔਨ ਦੈਟ ਪਾਰਟ ਜਦ ਤੱਕ ਉਹਦੇ 'ਤੇ ਕੁਛ ਨਹੀਂ ਹੁੰਦਾ ਉਦੋਂ ਤੱਕ ਥੋੜ੍ਹਾ ਜਿਹਾ ਆਊਗਾ ਬਟ ਹਾਂ ਅਵੇਲੇਬਿਲਿਟੀ ਆਫ ਕ੍ਰੈਡਿਟ ਥੋੜ੍ਹੀ ਜਿਹੀ ਹੋ ਜਾਏਗੀ ਜੀ ਹੁਣ ਅੱਗੇ ਮਾਰਕੀਟ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਦੇ ਵੱਲ ਖਾਸ ਧਿਆਨ ਦਿੱਤਾ ਜਾਏਗਾ ਜਿਨ੍ਹਾਂ ਨੂੰ ਦੇਖ ਕੇ ਅਗਲੇ ਜਿਹੜੀ ਹੈ ਬੈਂਕ ਆਫ ਕੈਨੇਡਾ ਵੱਲੋਂ ਇਸ ਤਰ੍ਹਾਂ ਦੀ ਖਬਰ ਆ ਸਕਦੀ ਹੈ ਵੀ ਹੋਰ ਵਿਆਜ ਦਰਾਂ ਜਿਹੜੀਆਂ ਨੇ ਉਹ ਹੇਠਾਂ ਆ ਸਕਦੀਆਂ ਨੇ ਇੱਕ ਤਾਂ ਇਹ ਵੀ ਕਿਹੜੀਆਂ ਗੱਲਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਏਗਾ ਅਤੇ ਦੂਜਾ ਕੀ ਅੱਗੇ ਚਾਂਸ ਹੈਗੇ ਆ ਵੀ ਇਹ ਹੋਰ ਕਟੌਤੀ ਆ ਸਕਦੀ ਹੈ ਦੇਖੋ ਜਿਹੜੀ ਬੈਂਕ ਆਫ ਕੈਨੇਡਾ ਕਟੌਤੀ ਕਰਦੀ ਹੈ ਉਹਦੇ ਕਈ ਫੈਕਟਰਸ ਹੁੰਦੇ ਨੇ ਜੀਡੀਪੀ ਦੇਖਦੇ ਨੇ ਉਹ ਅਨਇੰਪਲਾਇਮੈਂਟ ਦੇਖਦੇ ਨੇ ਕਿੰਨਾ ਹੈਗਾ ਹਨਾ ਕਿੱਥੇ ਜਾ ਰਿਹਾ ਹੈਗਾ ਅਤੇ CPI ਜਿਹੜਾ ਆਪਣਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹਨੂੰ ਆਪਾਂ ਇਨਫਲੇਸ਼ਨ ਦਾ ਰੂਪ ਕਹਿ ਦਿੰਦੇ ਹਾਂ ਇਨਫਲੇਸ਼ਨ ਕੀ ਆ
ਕਿੱਥੇ ਖੜੀ ਆ ਹੁਣ ਉਹ ਦੇਖਣਗੇ ਕਿਉਂਕਿ ਨੈਕਸਟ ਮੀਟਿੰਗ ਆ ਜਿਹੜੀ ਉਹ ਦਸੰਬਰ 11 ਦੀ ਠੀਕ ਹੈ ਸੋ ਦੇ ਵਿਲ ਲੁੱਕ ਇਨਟੂ ਕਿ ਇਨਫਲੇਸ਼ਨ ਕਿਸ ਪਾਸੇ ਵੱਲ ਜਾਂਦੀ ਹੈ ਕਿ ਇਸ ਰੇਟ ਕੱਟ ਦਾ ਇਨਫਲੇਸ਼ਨ 'ਤੇ ਕੋਈ ਅਸਰ ਪੈਂਦਾ ਅਨਇੰਪਲਾਇਮੈਂਟ ਰੇਟ 'ਤੇ ਕੀ ਅਸਰ ਪੈਂਦਾ ਸਾਡੀ ਜੀ ਡੀ ਪੀ ਸਾਡੀ ਗਰੋਥ 'ਤੇ ਕੀ ਅਸਰ ਪੈਂਦਾ ਉਹਨਾਂ ਸਾਰਿਆਂ ਦੇ ਕੰਬੀਨੇਸ਼ਨਸ ਨੂੰ ਦੇਖ ਕੇ ਉਹ ਡਿਸਾਈਡ ਕਰਨਗੇ ਕਿਉਂਕਿ ਉਹਨਾਂ ਦਾ ਜੋ 2% ਦਾ ਟਾਰਗੇਟ ਸੀ ਉਹ ਸਪਤੰਬਰ 'ਚ ਅਚੀਵ ਹੋ ਗਿਆ ਨਾ ਉਹ ਵਿੱਚ ਵੇ ਦੇ ਵਿਲ ਗੋ ਥੋੜ੍ਹੀ ਜਿਹੀ ਵਰੀ ਇੱਕ ਹੈਗੀ ਆ ਕਿ ਜਿਹੜਾ ਸਾਡਾ ਅਨਇੰਪਲਾਇਮੈਂਟ ਰੇਟ ਹੈ ਨਾ ਉਹ ਵਧਣ ਦੀ ਬਜਾਏ ਘੱਟ ਰਿਹਾ ਕਹਿਣ ਤੋਂ ਭਾਵ ਇਹ ਹੈ ਕਿ ਸਾਡੀ ਇਕੋਨਮੀ ਹੈ ਜਿਹੜੀ ਉਹ ਜੋਬਸ ਕ੍ਰੀਏਸ਼ਨ ਹੋ ਰਹੀ ਆ ਠੀਕ ਹੈ ਨਾ ਸੋ ਉਸ ਪੁਆਇੰਟ ਆਫ ਵਿਊ ਤੋਂ ਪਲੱਸ ਯੂ ਐਸ ਦੀ ਮਾਰਕੀਟ ਕਿਸ ਪਾਸੇ ਵੱਲ ਜਾਂਦੀ ਹੈ ਬਿਕੋਜ਼ ਵੀ ਆਰ ਡਾਇਰੈਕਟਲੀ ਲਿੰਕ ਵਿਦ ਦ ਯੂ ਐਸ ਮਾਰਕੀਟ ਸੋ ਇਹ ਸਾਰੇ ਫੈਕਟਰਸ ਨੂੰ ਕੰਟਰੋਲ ਕਰਕੇ ਦੇਖ ਕੇ ਫਿਰ ਉਹ ਦੇਖਣਗੇ ਕਿ ਦਸੰਬਰ 'ਚ ਵਿੱਚ ਫੇਦੇ ਵਿਲਕੋ ਜੀ ਆਮ ਲੋਕ ਜਿਹੜੇ ਕਿ ਕਾਫੀ ਇੰਤਜ਼ਾਰ ਵੀ ਇੱਦਾਂ ਦੀ ਖਬਰ ਦਾ ਕਰ ਰਹੇ ਸੀ ਉਹਨਾਂ ਵਾਸਤੇ ਕੋਈ ਗੱਲ ਕਹਿਣਾ ਚਾਹੋਗੇ ਕੁਛ ਮੈਸੇਜ ਉਹ ਇਹੀ ਹੈ ਜੀ ਕਿ ਚਾਦਰ ਦੇਖ ਕੇ ਪੈਰ ਪਸਾਰੋ ਤੁਹਾਡੇ ਕੋਲ ਤੁਸੀਂ ਅੱਗੇ ਸੇਵਿੰਗਸ ਕਰਨੀਆਂ ਨੇ ਕੀਪ ਇਨ ਟੱਚ ਵਿਦ ਯੂਅਰ ਬੈਂਕ ਔਰ ਕ੍ਰੈਡਿਟ ਯੂਨੀਅਨ ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰਸ ਕੋਲ ਜਾਓ ਠੀਕ ਹੈ ਨਾ ਉੱਥੇ ਦੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਤੁਹਾਡੀ ਐਲੀਜੀਬਿਲਿਟੀ ਕੀ ਹੈ ਤੁਹਾਡੀ ਅਫੋਰਡੇਬਿਲਿਟੀ ਕੀ ਹੈ ਤੁਸੀਂ ਕਿੰਨਾ ਅੱਗੇ ਇਨਵੈਸਟ ਕਰ ਸਕਦੇ ਹੋ ਦੇਰ ਆਰ ਸੋ ਮੈਨੀ ਅਦਰ ਆਪਸ਼ਨਸ ਅਵੇਲੇਬਲ ਸੋ ਦੇ ਵਿਲ ਲੁੱਕ ਇਟ ਥੈਂਕ ਯੂ ਜੀ ਸੋ ਜਿਵੇਂ ਕਿ ਕੁਲਦੀਪ ਸਿੱਧੂ ਜੀ ਨੇ ਬਹੁਤ ਸਾਰੇ ਨੁਕਤਿਆਂ ਦੇ ਉੱਤੇ ਜਿਹੜੀ ਹੈ ਜਾਣਕਾਰੀ ਤਾਂ ਸਾਂਝੀ ਕਰ ਦਿੱਤੀ ਹੈ ਪਰ ਹਜੇ ਵੀ ਇਹ ਖਬਰ ਜਿਹੜੀ ਹੈ ਇਹ ਤੁਸੀਂ ਇਸ ਖਬਰ ਦੇ ਵਿੱਚ ਡੀਪੀ ਜਾਓ ਇਹਨੂੰ ਪਹਿਲਾਂ ਸਮਝੋ ਅਤੇ ਉਸ ਤੋਂ ਬਾਅਦ ਹੀ ਆਪਣੇ ਜਿਹੜੇ ਖਰਚੇ ਆ ਉਸੇ ਤਰੀਕੇ ਨਾਲ ਚਲਾਇਓ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਦਸੰਬਰ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਹੋਰ ਹੋਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ ਮੇਰੇ ਸਹਿਯੋਗੀ ਜਸਕਰਨ ਜੀ ਦੇ ਨਾਲ ਸ਼ੇਰੀ ਗੌਰਵਾ ਖਾਲਸਾ ਕ੍ਰੈਡਿਟ ਯੂਨੀਅਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।